अज भगवंत मान जी ने दिल्ली के अंदर दिल्ली सरकार के स्कूलों का और हॉस्पिटलों का दौरा किया। मैंने बड़ी हैरानगी आ जिहड़ी दिल्ली सरकार कोविड के दौरान अपने दिल्ली के लोगों को बचा ना सकी। सैकड़ों लोग देश तो बाहर दिल्ली तो बाहर अपना इलाज करवाउण जांदे रहे और दिल्ली सरकार चल के दिल्ली से गुरुद्वारा मैनेजमेंट कमेटी को आउंदी आ 400 बैड का असीं हॉस्पिटल बना के दिंदे आ इन्हां नूं। अगर मॉडल ही देखना सी भगवंत मान जी तो आके साडा देखना सी हैल्थ मॉडल जिते फ्री MRI हुंदी आ, जिते फ्री डायलिसिस का इलाज हुंदा है, किसी ने 1 रुपया नहीं खर्चना पैंदा। और जिहड़े स्कूल तुसीं देख के आए जे ना, उहनां दे नाल दे स्कूल भी देखणे सीगे। ਇਹ ਉਹ ਸਾਨੂੰ ਸਾਰੇ ਸਕੂਲ ਦਿਖਾਏ ਨੇ ਜਿਹੜੇ ਸਕੂਲ ਕਿਸੇ ਹੋਰ ਸਰਕਾਰ ਨੇ ਬਣਾਏ ਸੀ, ਇਹਨਾਂ ਨੇ ਕੂਚੀਆਂ ਮਾਰ ਕੇ ਅਤੇ ਸਕੂਲ ਪੇਸ਼ ਕੀਤੇ ਨੇ। ਬਾਕੀ ਜਿਹੜੇ ਸਕੂਲ ਰਹਿ ਗਏ ਨੇ, ਮੈਂ ਤੁਹਾਨੂੰ ਬੇਨਤੀ ਕਰਦਾ ਇੱਕ ਵਾਰ ਸਾਨੂੰ ਵੀ ਸਮਾਂ ਦਿਓ ਅਤੇ ਆ ਕੇ ਦੇਖੋ ਸਾਡੀ ਕੰਸਟੀਚੁਐਂਸੀਜ਼ ਦੇ ਅੰਦਰ ਕਿਤਨਾ 25,000 ਅਤੇ ਟੀਚਰ ਸ਼ਾਰਟ ਨੇ, ਪ੍ਰਿੰਸੀਪਲ ਅਤੇ ਅਧਿਆਪਕ ਬਾਕੀ ਤਾਂ ਛੱਡ ਹੀ ਦਿਓ। ਇਹ ਜਿਹੜਾ ਮਾਡਲ ਤੁਹਾਨੂੰ ਦਿਖਾ ਰਿਹਾ, ਇਹਦਾ ਪਰਪਸ ਕੀ ਆ? ਪੰਜਾਬ ਦਾ ਪੈਸਾ ਖਰਚ ਕਰਕੇ ਅਤੇ ਦੂਜੇ ਸੂਬਿਆਂ ਦੇ ਅੰਦਰ ਪੰਜਾਬ ਨੂੰ ਸਪਰਿੰਗ ਬੋਰਡ ਬਣਾ ਕੇ ਦੂਜੇ ਸੂਬਿਆਂ 'ਚ ਜਾਣ ਦੀ ਕੋਸ਼ਿਸ਼ ਕਰਦਾ ਪਿਆ ਹੈ। ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਹਾਂ, ਪੰਜਾਬ ਸੂਬੇ ਨੂੰ ਸੰਭਾਲੋ, ਇਹਦੀ ਨੋਟੰਕੀ 'ਚ ਨਾ ਆਓ। ਇਹਨੇ ਬਾਕੀ ਸੂਬਿਆਂ 'ਚ ਰਾਜ ਕਰਨ ਵਾਸਤੇ ਪੰਜਾਬ ਦਾ ਪੈਸਾ ਔਰ ਪੰਜਾਬ ਦੀ ਲੀਡਰਸ਼ਿਪ ਨੂੰ ਖਰਾਬ ਕਰਦਾ ਪਿਆ ਹੈ, ਜਿਹਦਾ ਤੁਹਾਨੂੰ ਸੰਗਿਆਨ ਲੈਣ ਦੀ ਲੋੜ ਹੈ।